ਹੈਲੋ ਐਂਡ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਸਕਸੈਸ ਟਰੀ ਪੰਜਾਬ ਦੇ ਇਸ ਚੈਨਲ ਦੇ ਉੱਪਰ ਪਿਛਲੇ ਸੰਡੇ ਮਤਲਬ ਦੋ ਹੀ ਦਿਨ ਪਹਿਲਾਂ ਤਾਂ ਇੱਕ ਐਗਜ਼ਾਮ ਹੋਇਆ ਸੀ ਪੀਟ ਟਰਪਲਸਬੀ ਕਲਰਕ ਦਾ ਅਤੇ ਉਸ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਆਏ ਉਹਨਾਂ ਵਿੱਚੋਂ ਇੱਕ ਪ੍ਰਸ਼ਨ ਸੀ ਕਿ ਮਨੁੱਖੀ ਸਰੀਰ ਦੇ ਵਿੱਚ ਦੋਸਤੋ ਨਾ 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 ਮਨੁੱਖੀ ਸਰੀਰ ਨਹੀਂ ਮਨੁੱਖੀ ਬੱਚੇ ਦੇ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਭਾਈ ਬੱਚੇ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿ ਦਿੰਦੇ ਨੇ ਇਨਫੈਂਟ ਹਾਊ ਮੈਨੀ ਬੋਨਸ ਆਰ ਥੇਅਰ ਇਨ ਦਾ ਬਾਡੀ ਆਫ ਹਿਊਮਨ ਇਨਫੈਂਟ ਭਾਈ ਬਹੁਤ ਸਾਰੇ ਬੱਚਿਆਂ ਨੂੰ ਤਾਂ ਪਤਾ ਨਹੀਂ ਹੁੰਣਾ ਕਿਉਂਕਿ ਬਹੁਤ ਸਾਰੇ ਬੱਚੇ ਆਪਣੇ ਪੰਜਾਬ ਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਅੰਗਰੇਜ਼ੀ ਗਰੇਜ਼ੀ ਥੋੜੀ ਜੀ ਘੱਟ ਹੀ ਜੀ ਸਟਰੋਂਗ ਹੈ ਤਾਂ ਇੱਥੇ ਕਿਉਂਕਿ ਮਨੁੱਖੀ ਬੱਚੇ ਦਾ ਦੋਸਤੋ ਐਗਜੈਕਟ ਡੈਫੀਨੇਸ਼ਨ ਆਪਾਂ ਨਹੀਂ ਹੁੰਦਾ ਲੇਕਿਨ ਇੰਗਲਿਸ਼ ਦੇ ਵਿੱਚ ਜੋ ਇਨਫੈਂਟ ਜਦੋਂ ਅਸੀਂ ਇਨਫੈਂਟ ਬੋਲਦੇ ਆ ਕਿਸੇ ਨੂੰ ਤਾਂ ਉਹਦੀ ਐਗਜੈਕਟ ਡੈਫੀਨੇਸ਼ਨ ਹੁੰਦੀ ਹੈ ਤਾਂ ਮੈਂ ਬੱਚਾ ਨੂੰ ਫਿਰ ਮੈਂ ਉਹ ਵੀ ਦਿਖਾ ਦਿੰਨਾ ਕਿ ਗੂਗਲ ਕਹਿੰਦਾ ਹੈ ਕਿ ਲਗਭਗ 4 ਤੋਂ ਲੈ ਕੇ 8 ਸਾਲ ਦੇ ਬੱਚੇ ਵੈਸੇ ਅਸੀਂ ਆਮ ਤੌਰ ਤੇ 6 ਵੀ ਕਾਊਂਟ ਕਰ ਲੈਂਦੇ ਆ ਤਾਂ 8 ਸਾਲ ਦੇ ਬੱਚੇ ਨੂੰ ਜੋ ਹੈ ਇਨਫੈਂਟ ਕਿਹਾ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਇਹ ਜੋ 4 5 6 7 8 ਸਾਲ ਦੇ ਬੱਚੇ ਦੇ ਵਿੱਚ ਜੋ ਹੈ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਲੇਕਿਨ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਕਿਉਂਕਿ ਦੋਸਤੋ ਜੋ ਹੈ ਇਹਦੇ ਵਿੱਚ ਜੋ ਆਪਸ਼ਨਸ ਨੇ ਹੈ ਨਾ ਉਸ ਨੂੰ ਲੈ ਕੇ ਕਈ ਸਾਰੇ ਸਵਾਲ ਸੀ ਕਿ ਵੀ ਇਹ ਆਪਸ਼ਨਸ ਗਲਤ ਨੇ ਦੋਸਤੋ 6 ਨਹੀਂ 300 ਹੱਡੀਆਂ ਹੋਣੀਆਂ ਚਾਹੀਦੀਆਂ ਨੇ 305 ਹੋਣੀਆਂ ਚਾਹੀਦੀਆਂ ਨੇ ਜਾਂ 170 208 270 ਆਪਸ਼ਨਸ ਜੋ ਹੈ ਬਿਲਕੁਲ ਠੀਕ ਨਹੀਂ ਹੈਗੇ ਲੇਕਿਨ ਮੈਂ ਇੱਥੇ ਜੋ ਹੈ ਤੁਹਾਨੂੰ ਅੱਗੇ ਇਸ ਵੀਡੀਓ ਨੂੰ ਲੈ ਕੇ ਜਾਣ ਤੋਂ ਪਹਿਲਾਂ ਦੱਸ ਦਵਾਂ ਮੈਂ ਉਸ ਦਿਨ ਸੰਡੇ ਨੂੰ ਵੀ ਇੱਕ ਸ਼ਾਰਟ ਬਣਾਇਆ ਸੀ ਤੁਸੀਂ ਦੇਖ ਸਕਦੇ ਹੋ ਹਜੇ ਵੀ ਚੈਨਲ ਦੇ ਉੱਪਰ ਪਿਆ ਉਹਦੇ ਵਿੱਚ ਦੱਸਿਆ ਸੀ ਕਿ ਸਟੂਡੈਂਟਸ करंट अफेयर जो है स्टैटिक स्टेटिक करंट अफेयर पूछ लग गए नवा अपंटमेंट कि रही है जी ट्वेंटी केड़ी हो रही है जो है बई ਕਿਹੜੀ ਸਬਮਿਟ ਕਿੱਥੇ ਹੋ ਰਹੀ ਹੈ ਕਿਹੜੀ ਡਿਫੈਂਸ ਅ एक्सरसाइज ਹੋ ਰਹੀ ਹੈ ਇਹ ਕੁਐਸਚਨ ਥੋੜੇ ਘਟਾਉਣੇ ਸ਼ੁਰੂ ਹੋ ਚੁੱਕੇ ਨੇ ਹਿਸਟਰੀ ਪੋਲਿਟੀ ਜੀਓਗ੍ਰਾਫੀ ਸਾਇੰਸ ਇਹਨਾਂ ਦਾ ਸਟੈਟਿਕ ਪਾਰਟ ਜੋ ਹੈ ਜੋ ਨਵੀਂ ਰਿਸਰਚ ਆ ਰਹੀ ਹੈ ਉਹਨਾਂ ਤੋਂ ਕਾਫੀ ਕੁਝ ਜੋ ਹੈ ਪੁੱਛਿਆ ਜਾ ਰਿਹਾ ਹੈ ਤਾਂ ਦੋਸਤੋ ਇੰਡੀਅਨ ਐਕਸਪ੍ਰੈਸ ਦਾ 31 ਮਈ ਦਾ ਜੋ ਨਿਊਜ਼ਪੇਪਰ ਹੈ ਉਸ ਦੇ ਵਿੱਚ ਜੋ ਹੈ ਉਹਨਾਂ ਨੇ ਦੋਸਤੋ ਆਪਣੇ ਅਖਬਾਰ ਦੇ ਵਿੱਚ ਇੱਕ ਨੋ ਯੂਅਰ ਬੋਡੀ ਆਓ ਆਪਣੇ ਸਰੀਰ ਨੂੰ ਜਾਣਦੇ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਅਤੇ ਉਹਦੇ ਵਿੱਚ ਜੋ ਹੈ ਉਹ ਦੋਸਤੋ ਕਈ ਸਾਰੇ ਡਾਕਟਰਸ ਕੋਲ ਹైదరాబాద్ ਦੇ ਵੱਡੇ ਜਾਣੇ ਜਾਣੇ ਮਾਨੇ ਜੋ ਡਾਕਟਰਸ ਨੇ ਉਹਨਾਂ ਵਿੱਚੋਂ ਨਾਮ ਹੈ ਡਾਕਟਰ ਸ਼ੋਰੇਸ਼ ਕੁਮਾਰ ਪੰਗੋਤੀ ਇਹਨਾਂ ਕੋਲ ਗਏ ਸਨ ਅਤੇ ਜੋ ਹੈ ਦੋਸਤੋ ਜੋ ਹੈ ਇਹਨਾਂ ਨੇ ਆਪਣੀ ਰਿਸਰਚ ਦੇ ਵਿੱਚ ਦੱਸਿਆ ਕਿ ਯਸ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਵਿੱਚ 300 ਤੋ ਵੀ ਜ਼ਿਆਦਾ ਲਗਭਗ 305 ਹੱਡੀਆਂ ਜ਼ਰੂਰ ਹੁੰਦੀਆਂ ਨੇ ਲੇਕਿਨ ਓਵਰ ਦਾ ਟਾਈਮ ਪੀਰੀਅਡ ਜੋ ਹੈ ਇਹ ਜੋ ਸਮਾਂ ਹੁੰਦਾ ਹੈ 4-5 ਸਾਲ ਦਾ 6 ਸਾਲ ਦਾ ਬੱਚਾ ਹੋ ਜਾਂਦਾ ਹੈ ਉਦੋਂ ਇਨ੍ਹਾਂ ਹੱਡੀਆਂ ਕਿਉਂਕਿ ਹੱਡੀਆਂ ਇੱਥੇ ਲਿਖਿਆ ਦੋਸਤੋ ਇਟ ਇਜ਼ ਅਨਡਾਊਟਲੀ ਇਸ ਵਨ ਆਫ ਦਾ ਮੋਸਟ ਸੋਫਿਸਟੀਕੇਟਿਡ ਮਸ਼ੀਨਸ ਆਪਣੀ ਜੋ ਸਰੀਰ ਨੂੰ ਜੋ ਹੈ ਦੱਸਿਆ ਹੈ ਸੋਫਿਸਟੀਕੇਟਿਡ ਮਸ਼ੀਨ ਹੈ ਟੁੱਟਦੀਆਂ ਰਹਿੰਦੀਆਂ ਨੇ ਹੱਡੀਆਂ ਅਤੇ ਲਗਭਗ 270 ਜੋ ਹੈ 5-6 ਸਾਲ ਦੀ ਉਮਰ ਤੱਕ ਰਹਿ ਜਾਂਦੀਆਂ ਨੇ ਅਤੇ 20 ਸਾਲ ਤੱਕ ਜੋ ਹੈ ਜੋ ਹੈ ਇੰਡੀਅਨ ਐਕਸਪ੍ਰੈਸ ਨੋ ਯੋਰ ਬਾਡੀ ਲਿਖਦਾ ਹੈ ਨੋ ਯੋਰ ਬਾਡੀ ਸੀਰੀਜ਼ ਤਾਂ 20 ਸਾਲ ਹੁੰਦੇ ਹੁੰਦੇ ਜੋ ਹੈ ਦੋਸਤੋ ਇਹਨਾਂ ਦੀ ਜੋ ਗਿਣਤੀ ਹੈ ਉਹ ਪਹੁੰਚ ਜਾਂਦੀ ਹੈ 206 ਤਾਂ 305 ਤੋਂ 206 ਤੱਕ ਦਾ ਜੋ ਸਫਰ ਹੈ ਇਹ ਲਗਭਗ 18-20 ਸਾਲ ਦਾ ਸਮਾਂ ਲੈ ਲੈਂਦਾ ਇਹ ਨਵੀਂ ਰਿਸਰਚ ਹੈ ਅਤੇ ਇਸ ਨਵੀਂ ਰਿਸਰਚ ਨੇ ਦੱਸਿਆ ਤਾਂ ਵਈ ਦੱਸੋ ਕਿ ਇਹ ਜੋ ਕੁਐਸਚਨ ਹੈ ਇਹ ਫਿਰ ਕਰੰਟ ਦਾ ਹੋਇਆ ਜਾਂ ਸਾਡੀ ਸਟੈਟਿਕ ਜੀਕੇ ਦਾ ਹੋਇਆ ਜਾਂ ਮਿਸਲੀਨੀਅਸ ਦਾ ਹੋਇਆ ਤਾਂ ਇੱਥੇ ਜੋ ਹੈ ਅਸੀਂ ਹੁਣ ਕਲੀਅਰ ਹੋ ਗਿਆ ਕਿ ਬਈ ਜੋ ਬੱਚੇ ਨੇ ਬੱਚਾ ਹੁਣ ਇਥੇ ਇਨਫੈਂਟਸ ਦੇਖੋ ਅੰਗਰੇਜ਼ੀ ਬੜੀ ਜੋ ਹੈ ਕਿਤੇ ਫਸਾਉਂਦੀ ਵੀ ਹੈ ਕਿਤੇ ਜੋ ਹੈ ਸਾਨੂੰ ਈਜ਼ੀ ਵੀ ਕਰ ਦਿੰਦੀ ਹੈ ਇੱਕ ਕੁਐਸਚਨ ਆਇਆ ਸੀ ਕਿ ਦੱਸੋ ਜੋਕੀ ਜੋ ਹੈ ਇਹਨਾਂ ਵਿੱਚੋਂ ਕਿਹੜੀ ਗੇਮ ਨਾਲ ਜੁੜਿਆ ਹੋਇਆ ਹੈ ਉੱਥੇ ਹੋਰਸ ਰਾਈਡਿੰਗ ਦੀ ਬਜਾਏ ਉਹਨਾਂ ਨੇ ਇਕੋਸਟ੍ਰੀਅਨ ਸਪੋਰਟਸ ਲਿਖ ਦਿੱਤਾ ਸੀ ਲੇਕਿਨ ਜਦੋਂ ਅਸੀਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਪੰਜਾਬੀ ਦੇ ਵਿੱਚ ਉਹਦਾ ਆਪਸ਼ਨ ਜੋ ਹੈ ਉਹ ਕੋਟ ਸਵਾਰੀ ਪਾਇਆ ਹੋਇਆ ਸੀ ਤਾਂ ਦੋਸਤੋ ਉੱਥੇ ਪੰਜਾਬੀ ਨੇ ਬਚਾਇਆ ਵੀ ਹੁਣ ਇੱਥੇ ਜਿਹੜੇ ਬੱਚੇ ਨੂੰ ਇਨਫੈਂਟ ਦਾ ਮਤਲਬ ਨਹੀਂ ਪਤਾ ਉਹ ਕਨਫਿਊਜ਼ਡ ਹੋਗਾ ਹੋਏਗਾ ਅਤੇ ਜਿਹਨੂੰ ਪਤਾ ਵੀ ਸੀ ਕਿਉਂਕਿ ਇਹ ਰਿਸਰਚ ਨਵੀਂ ਸੀ ਕਰੰਟ ਦਾ ਹਿੱਸਾ ਸੀ ਤਾਂ ਜੇ ਇਹ ਨਾ ਪੜਿਆ ਹੋਇਆ ਤਾਂ ਫਿਰ ਵੀ ਸ਼ਾਇਦ ਉਹਦਾ ਆਨਸਰ ਗਲਤ ਲੱਗਿਆ ਹੋਏਗਾ ਤਾਂ ਦੋਸਤੋ ਇਸੇ ਤਰ੍ਹਾਂ ਦੇ ਇੰਪੋਰਟੈਂਟ ਅਤੇ ਜ਼ਬਰਦਸਤ ਇੰਟਰਸਟਿੰਗ ਫੈਕਟ ਦੇਖਣ ਲਈ ਸਕਸੈਸ ਟ੍ਰ ਅਤੇ ਲਾਈਕ ਵੀ ਜ਼ਰੂਰ ਕਰ ਦੇਵੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ